ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਲਈ ਬਹੁਤ ਸਾਰੇ ਲੋਕ ਪਰੇਸ਼ਾਨੀਆਂ ਤੇ ਮੁਸ਼ਕਲਾਂ ਦੇ ਨਾਲ ਘਿਰੇ ਹੁੰਦੇ ਨੇ ਜਿਸ ਵਿੱਚ ਮੁੱਖ ਪਰੇਸ਼ਾਨੀ ਉਹਨਾਂ ਦੀ ਧਨ ਸੰਬੰਧੀ ਹੁੰਦੀ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਜਿਸ ਕੋਲ ਧਨ ਹੈ ਉਹ ਖੁਦ ਨੂੰ ਸ਼ਕਤੀਸ਼ਾਲੀ ਮੰਨਦਾ ਹੈ ਅੱਜ ਕੱਲ੍ਹ ਦੇ ਹਿਸਾਬ ਨਾਲ ਧਨ ਬੜੀ ਵੱਡੀ ਸ਼ੈ ਅੱਜ ਤਾਂ ਪੈਸੇ ਦੇ ਹਿਸਾਬ ਨਾਲ ਲੋਕ ਮਾਨ ਸਨਮਾਨ ਦਿੰਦੇ ਨੇ ਜੇਕਰ ਤੁਹਾਡੇ ਕੋਲ ਪੈਸਾ ਨਹੀਂ ਤਾਂ ਤੁਹਾਡੇ ਆਪਣੇ ਵੀ ਤੁਹਾਡਾ ਸਾਥ ਛੱਡ ਦੇਣਗੇ ਦੂਰੋਂ ਹੀ ਪਾਸਾ ਵਾਟ ਲੈਂਦੇ ਨੇ ਇਹ ਅੱਜ ਦਾ ਕੌੜਾ ਸੱਚ ਹੈ ਆਪਾਂ ਆਪਣੇ ਵੱਡੇ-ਵਡੇਰਿਆਂ ਦੇ ਮੂੰਹੋਂ ਬਹੁਤ ਵਾਰ ਇੱਕ ਗੱਲ ਸੁਣੀ ਵੀ ਪੈਸਾ ਤਾਂ ਹੱਥਾਂ ਦੀ ਮਹਿਲ ਤੇ ਆਪਾਂ ਇੱਕ ਚੀਜ਼ ਸਮਝੀ ਹੱਥ ਹੀ ਆਪਣੇ ਕਿਰਤ ਕਰਦੇ ਪਰ ਨਾਲ ਭਾਗਾਂ ਦਾ ਸਾਥ ਹੋਣਾ ਬਹੁਤ ਜ਼ਰੂਰੀ ਹੈ ਜੇ ਕਦੇ ਵੀ ਲੱਗੇ ਕਿ ਕੰਮ ਸਿਰੇ ਨਹੀਂ ਚੜ੍ਹਦਾ ਪਿਆ ਤਾਂ ਪੁਰਾਤਨ ਪਰੰਪਰਾ ਤੇ ਕੁਝ ਲੋਕਾਂ ਦਾ ਇਹ ਕਥਨ ਹੈ ਕਿ ਹੱਥਾਂ ਦੀ ਤਲੀ ਤੇ ਗੁੜ ਰੱਖ ਕੇ ਗਾ ਨੂੰ ਖਵਾ ਜਦੋਂ ਉਹਦੀ ਜੀਬ ਆਪਣੀ ਤਲੀ ਨੂੰ ਛੂੰਦੀ ਹੈ ਤਾਂ ਕਿਹਾ ਜਾਂਦਾ ਹੈ ਬੇਜੁਬਾਨ ਜਾਨਵਰ ਦੀ ਦੁਆਵਾਂ ਵਿੱਚ ਬਹੁਤ ਲਗਦੀਆਂ ਨੇ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਪੈਸੇ ਪੱਖੋਂ ਕਮੀ ਹੈ ਤਾਂ ਲੋਕ ਕਹਿੰਦੇ ਨੇ ਕਿ ਸਰੋਂ ਦਾ ਤੇਲ ਤੇ ਹਲਦੀ ਮਿਲਾ ਦੋਵੇਂ ਚੀਜ਼ਾਂ ਹੱਥ ਤੇ 2 ਮਿੰਟ ਰਗੜੋ ਤੇ ਇਹ ਦੁੱਖ ਦੂਰ ਕਰ ਦੇਗਾ ਤੇ ਨਾਲੇ ਭਾਗ ਜਗਾ ਦੇਵੇਗਾ ਰੋਜ਼ ਦਿਨ ਵਿੱਚ ਇੱਕ ਵਾਰ ਜ਼ਰੂਰ ਕਰੋ ਜੋ ਵੀ ਮਨ ਵਿੱਚ ਹੈ ਤੁਹਾਡੇ ਉਹ ਵੀ ਮਿਲਣਾ ਸ਼ੁਰੂ ਹੋ ਜਾਏਗਾ ਇੱਥੋਂ ਤੱਕ ਕਿਹਾ ਜਾਂਦਾ ਹੈ ਵੀ ਹੱਥਾਂ ਨੂੰ ਆਪਸ ਵਿੱਚ ਰਗੜਨ ਤੇ ਮਾਨਸਿਕ ਸਥਿਤੀ ਤੇ ਸਰੀਰਕ ਸਥਿਤੀ ਠੀਕ ਹੁੰਦੀ ਹੈ ਇਸ ਗੱਲ ਨੂੰ ਵਿਗਿਆਨ ਵੀ ਮੰਨਦਾ ਹੈ ਹੁਣ ਜਾਣਦੇ ਹਾਂ ਵੀ ਹੱਥਾਂ ਤੇ ਜਿਹੜਾ ਤੇਲ ਹੈ ਸਰੋਂ ਦਾ ਤੇ ਹਲਦੀ ਰਗੜਨ ਨਾਲ ਹੁੰਦਾ ਕਿ ਇਹ ਤਾਂ ਪਸਾਬ ਜਾਣਦੇ ਆ ਵੀ ਪੁਰਾਤਨ ਲੋਕ ਜੋ ਵੀ ਗੱਲ ਕਿਹਾ ਕਰਦੇ ਸੀ ਉਸ ਪਿੱਛੇ ਕੋਈ ਨਾ ਕੋਈ ਤੱਥ ਜ਼ਰੂਰ ਹੁੰਦਾ ਸੀ ਕਿਉਂਕਿ ਉਸ ਸਮੇ ਲੋਕ ਜਿਹੜੇ ਸਨ ਉਹ ਧਾਰਮਿਕ ਕਿਰਿਆਵਾਂ ਨੂੰ ਜ਼ਿਆਦਾ ਮੰਨਦੇ ਇਸ ਲਈ ਕਿਹਾ ਜਾਂਦਾ ਸੀ ਹੁਣ ਇਹ ਸਚਾਈ ਜਾਣਦਿਆਂ ਵੀ ਕਿਉਂ ਕਿਹਾ ਜਾਂਦਾ ਵੀ ਤਲੀ ਦੇ ਉੱਤੇ ਸਰੋਂ ਦਾ ਥੋੜਾ ਜਿਹਾ ਤੇਲ ਪਾ ਕੇ ਹਲਦੀ ਪਾ ਕੇ ਤੇ ਰਗੜੋ ਇਹਨਾਂ ਨੂੰ ਪੁਰਾਤਨ ਸਮੇ ਇੰਨੀਆਂ ਦਵਾਈਆਂ ਨਹੀਂ ਸਨ ਹੁੰਦੀਆਂ ਇਸ ਲਈ ਜਦੋਂ ਆਪਾਂ ਸਰੋਂ ਦੇ ਤੇਲ ਤੇ ਹਲਦੀ ਨੂੰ ਆਪਸ ਵਿੱਚ ਜਦੋਂ ਦੋਨਾਂ ਨੂੰ ਰਲਾ ਕੇ ਹੱਥਾਂ ਤੇ ਲਾਉਂਨੇ ਆ ਇਹ ਨਾਲ ਦਰਦ ਤੇ ਸੋਜ ਜਿਹੜੀ ਆ ਉਹ ਘੱਟ ਹੋ ਜਾਂਦੀ ਜਦੋਂ ਆਪਾਂ ਐਵੇਂ ਕਰਦੇ ਆ ਇਹਦੇ ਵਿੱਚ ਬਹੁਤ ਜ਼ਿਆਦੇ ਹੋਰ ਵੀ ਫਾਇਦੇ ਹੁੰਦੇ ਨੇ ਕਿਉਂਕਿ ਹਲਦੀ ਨਾ ਐਂਟੀ ਹੁੰਦੀ ਐਂਟੀ ਫਲੇਮੈਟਰੀ ਹੁੰਦੀ ਐਂਟੀ ਆਕਸਾਈਡ ਦੇ ਗੁਣ ਪਾਏ ਜਾਂਦੇ ਨੇ ਜੋ ਸਰੀਰ ਨੂੰ ਸੋਜ ਜਿਹੜੀ ਆ ਨਾ ਜਿੱਥੇ ਮਰਜ਼ੀ ਹੋਵੇ ਉਹ ਘੱਟ ਕਰਨ ਵਿੱਚ ਮਦਦ ਕਰਦੀ ਤੇ ਹਲਦੀ ਵਿੱਚ ਕਹਿੰਦੇ ਆ ਕਰਿਉਮਿਨ ਦੇ ਗੁਣ ਪਾਏ ਜਾਂਦੇ ਨੇ ਜੋ ਸਰੀਰ ਨੂੰ ਦਰਦ ਹੋਵੇ ਉਹ ਚ ਰਹਾਤ ਮਿਲਦੀ ਇਸ ਨੂੰ ਖਾਣਾ ਕਿਵੇਂ ਤੇ ਇਹਦੇ ਨਾਲ ਹੋਰ ਐਸੇ ਕਿਹੜੇ ਰੋਗ ਨੇ ਜਿਹੜੇ ਦਿਨਾਂ ਵਿੱਚ ਠੀਕ ਹੋ ਜਾਂਦੇ ਨੇ ਆਪਣੇ ਵਿੱਚੋਂ ਕਈ ਜਾਨਾਂ ਦੇ ਜਾਨ ਦੇ ਸਰੀਰ ਲਾ ਲਓ ਮੂੰਹ ਤੇ ਲਾ ਲਓ ਬੜੇ ਜਿਹੇ ਫੋੜੇ ਫਿੰਸੀਆਂ ਨਿਕਲਦੇ ਰਹਿੰਦੇ ਨੇ ਮੂੰਹ ਦੇ ਉੱਤੇ ਟੋਏ ਪੈਂਦੇ ਰਹਿੰਦੇ ਨੇ ਤੇ ਤਰ੍ਹਾਂ ਤਰ੍ਹਾਂ ਦੇ ਚਿੱਟੇ ਹੋ ਗਏ ਜਾਂ ਮੂੰਹ ਵਾਲੇ ਹੋ ਗਏ ਜਾਂ ਉਹ ਮੂੰਹ ਦੇ ਉੱਤੇ ਦਾਣੇ ਨਿਕਲੇ ਰਹਿੰਦੇ ਨੇ ਸਕਿਨ ਦਾ ਕੋਈ ਨਾ ਕੋਈ ਇਨਫੈਕਸ਼ਨ ਰਹਿੰਦਾ ਤੇ ਨਾਲੇ ਚਿਹਰਾ ਮੁਰਝਾਇਆ ਜਾ ਰਹਿੰਦਾ ਹੈ ਅਮੀ ਵਿੱਚ ਜਿਹੜਾ ਹਲਦੀ ਤੇ ਸਰੋਂ ਦਾ ਤੇਲ ਦੋਵੇਂ ਚੀਜ਼ਾਂ ਮਿਲਾ ਕੇ ਖਾਂਦਾ ਹੈ ਉਹਦਾ ਖੂਨ ਬਿਲਕੁਲ ਸਾਫ਼ ਹੋ ਜਾਂਦਾ ਹੈ ਜਿਸ ਦੇ ਨਾਲ ਛੋੜੇ ਫਿੰਸੀਆਂ ਪਿੰਪਲ ਮੂੰਹ ਤੇ ਐਕਨੀ ਜਾਂ ਕਿਸੇ ਤਰ੍ਹਾਂ ਦੀ ਸਕਿਨ ਦੀ ਸਮੱਸਿਆ ਹੈ ਤਾਂ ਦੂਰ ਹੋ ਜਾਂਦੀ ਹੈ ਜਿਨ੍ਹਾਂ ਦਾ ਚਿਹਰਾ ਮੁਰਝਾਇਆ ਜਾ ਰਿਹਾ ਜਾਂਦਾ ਹੈ ਸਕਿਨ ਤੇ ਵੀ ਗਲੋ ਆਉਂਦਾ ਹੈ ਅਗਲੀ ਗੱਲ ਕਹਿੰਦੇ ਹਲਦੀ ਤੇ ਤੇਲ ਮਿਲਾ ਕੇ ਖਾਣ ਨਾਲ ਸਰੀਰ ਦੇ ਅੰਦਰ ਜਿੰਨੇ ਵੀ ਸ਼ੈਲੇ ਪਦਾਰਥ ਹੁੰਦੇ ਨੇ ਨਾ ਟੌਕਸਿਨ ਜਿੰਨੂ ਕਿਹਾ ਉਹ ਬਾਹਰ ਨਿਕਲ ਜਾਂਦੇ ਨੇ ਤੇ ਬਾਡੀ ਦੇ ਅੰਦਰ ਜਿੰਨਾ ਇਨਫੈਕਸ਼ਨ ਕੁਝ ਵੀ ਹੁੰਦਾ ਤਾਂ ਉਹ ਬਾਹਰ ਆ ਜਾਏਗਾ ਤੇ ਲੀਵਰ ਦੀ ਜਿੰਨੀਆਂ ਵੀ ਜਿਸ ਨੂੰ ਕੋਈ ਵੀ ਬਿਮਾਰੀ ਹੈ ਉਹ ਖਤਰਾ ਹੌਲੀ ਹੌਲੀ ਘਟਣ ਲੱਗ ਜਾਂਦਾ ਫਿਰ ਕਹਿੰਦੇ ਜਿਨ੍ਹਾਂ ਦੇ ਗੁਰਦਿਆਂ ਦੇ ਵਿੱਚ ਇਨਫੈਕਸ਼ਨ ਉਹਨਾਂ ਨੂੰ ਵੀ ਇਹ ਜ਼ਰੂਰ ਖਾਣਾ ਚਾਹੀਦਾ ਹੈ। ਅੱਜਕੱਲ ਹਰ ਘਰ ਦੇ ਵਿੱਚੋਂ ਇੱਕ ਬੰਦੇ ਨੂੰ ਤਾਂ ਦਿਲ ਸੰਬੰਧੀ ਕੋਈ ਨਾ ਕੋਈ ਰੋਗ ਜ਼ਰੂਰ ਨੇ ਤੇ ਜੋ ਐਵੇਂ ਕਰਦਾ ਹੈ ਉਹਦਾ ਬਲੱਡ ਸਰਕੂਲੇਸ਼ਨ ਵੱਧਦਾ ਹੈ ਜਿਸ ਦੇ ਨਾਲ ਦਿਲ ਸੰਬੰਧੀ ਜਿੰਨੀਆਂ ਵੀ ਦਿੱਕਤਾਂ ਨੇ ਉਹ ਦੂਰ ਹੁੰਦੀਆਂ ਨੇ। ਅੱਜਕੱਲ ਨਾ ਆਪਣੇ ਖਾਣ ਪੀਣ ਦਾ ਜੋ ਤਰੀਕਾ ਹੈ ਉਹ ਅੱچھے ਪੱਧਰ ਦਾ ਨਹੀਂ ਰਿਹਾ। ਆਪਾਂ ਖਾਣਾ ਪੀਣਾ ਵੀ ਚੰਗੇ ਪੱਧਰ ਦਾ ਨਹੀਂ ਖਾਂਦੇ। ਜਿਸ ਕਾਰਨ ਕਬਜ ਵਰਗੀ ਦਿੱਕਤ ਹਰ ਕਿਸੇ ਨੂੰ ਹੋਈ ਪਈ ਹੈ। ਜਦੋਂ ਆਪਾਂ ਤੇਲ ਤੇ ਸਰੋਂ ਦਾ ਸਰੋਂ ਦਾ ਤੇਲ ਹੋ ਗਿਆ ਤੇ ਹਲਦੀ ਦੋਵੇਂ ਚੀਜ਼ਾਂ ਮਿਲਾ ਕੇ ਖਾਣੇ ਆ ਨਾ ਤੇ ਇਹਦੇ ਨਾਲ ਆਪਣੇ ਪੇਟ ਤੇ ਜਿਹੜਾ ਅੰਦਰ ਦਾ ਸਿਸਟਮ ਆ ਉਹਨੂੰ ਬੜੇ ਛੇਤੀ ਸੁਧਾਰ ਦਿੰਦਾ ਹੈ ਜਿਸ ਦੇ ਨਾਲ ਕਬਜ ਵਰਗੀ ਦਿੱਕਤ ਹੁੰਦੀ ਹੀ ਨਹੀਂ ਹੁਣ ਗੱਲ ਕਰਦੇ ਆ ਵੀ ਖਾਣੀ ਕਿਵੇਂ ਹੁਣ ਜਿਵੇਂ ਸਿਆਲ ਨੇ ਤੇ ਆਪਾਂ ਇਹਨੂੰ ਤੁਸੀਂ ਕਰ ਸਕਦੇ ਹੋ ਵੀ ਜਿਵੇਂ ਹਲਦੀ ਵਾਲਾ ਦੁੱਧ ਇੱਕ ਚੁੰਡੀ ਪਾ ਕੇ ਤੇ ਉਹ ਰੋਜ਼ ਪੀ ਲਿਆ ਕਰੋ ਇਸ ਦੇ ਲਈ ਆਪਾਂ ਨੂੰ ਚਾਹੀਦਾ ਕਿ 2 ਚਮਚ ਸਰੋਂ ਦੇ ਤੇਲ ਦੇ ਲੈ ਲਓ ਤੇ ਥੋੜੀ ਜਿਹੀ ਵਿੱਚ ਦੋ ਚੁੰਡੀਆਂ ਹਲਦੀ ਪਾ ਲਓ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਗਰਮ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਇਹ ਖਾ ਸਕਦੇ ਹੋ ਐਵੇਂ ਕਰਨ ਨਾਲ ਕਹਿੰਦੇ ਵੀ ਤੁਹਾਡੀਆਂ ਬਹੁਤ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੀਆਂ ਇਸ ਨੂੰ ਬਣਾਉਣ ਦੀ ਹੋਰ ਵੀ ਵੱਖ-ਵੱਖ ਵਿਧੀਆਂ ਨੇ ਆਪਾਂ ਉਹਵੇਂ ਵੀ ਖਾ ਸਕਦੇ ਹਾਂ ਇਸ ਦੇ ਨਾਲ ਬਹੁਤ ਫਾਇਦਾ ਹੋਵੇਗਾ ਤੇ ਜੋ ਹਲਦੀ ਤੇ ਤੇਲ ਆ ਇਹਨੂੰ ਹੱਥਾਂ ਤੇ ਜਦੋਂ ਆਪਾਂ ਰਗੜਦੇ ਹਾਂ ਤੇ ਇਹਦੇ ਨਾਲ ਆਪਣੀਆਂ ਜੋ ਨਸਾਂ ਨੇ ਉਹਨਾਂ ਨੂੰ ਵੀ ਆਰਾਮ ਮਿਲਦਾ ਹੈ ਜੇਕਰ ਆਪਾਂ ਖਾਲੀ ਹੱਥ ਹੀ ਰਕੜਦੇ ਆਂ ਤੇ ਕਿਹਾ ਜਾਂਦਾ ਇਸ ਦੇ ਨਾਲ ਨਸਾਂ ਜਿਹੜੀਆਂ ਨੇ ਉਹਨਾਂ 'ਚ ਖੂਨ ਦਾ ਪ੍ਰਵਾਹ ਹੁੰਦਾ ਜਿਸ ਦੇ ਨਾਲ ਮਾਨਸਿਕ ਤੇ ਸਰੀਰਕ ਰੋਗ ਵੀ ਠੀਕ ਹੁੰਦੇ ਨੇ ਹੁਣ ਗੱਲ ਕਰਦੇ ਆਂ ਵੀ ਜਿਹੜੇ ਲੋਕ ਰੋਜ਼ ਗਾਂ ਨੂੰ ਗੁੜ ਪਾਉਂਦੇ ਨੇ ਇਹ ਕਿਹਾ ਜਾਂਦਾ ਹੈ ਵੀ ਉਹਨਾਂ ਨੂੰ ਹਰ ਤਰ੍ਹਾਂ ਦਾ ਸੁੱਖ ਮਿਲਦਾ ਇਹ ਤਾਂ ਆਪਾਂ ਸਭ ਜਾਣਦੇ ਆਂ ਕਿ ਜੇਕਰ ਆਪਾਂ ਕਿਸੇ ਬੇਜਬਾਨ ਨੂੰ ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦੇ ਆਂ ਤਾਂ ਇਹਦੇ ਨਾਲ ਪੁੰਨ ਦਾ ਆਪਾਂ ਨੂੰ ਵਿੱਚੋਂ ਪੁੰਨ ਹੈ ਉਹ ਮਿਲਦੇ ਹੀ ਮਿਲਦੇ ਕਿਹਾ ਜਾਂਦਾ ਹੈ ਜੇਕਰ ਆਪਾਂ ਜੋ ਆਪਣੀ ਦਵੇ ਤੇ ਪਹਿਲੀ ਰੋਟੀ ਪਾਉਨੇ ਆ ਤਾਂ ਉਹ ਰੋਟੀ ਆਪਾਂ ਗਾਂ ਨੂੰ ਖਵਾਉਨੇ ਆ ਤੇ ਕਿੰਦੇ ਇਹ ਨਾਲ ਬੜਾ ਜ਼ਿਆਦਾ ਲਾਭ ਮਿਲਦਾ ਹੈ ਜੇਕਰ ਕੋਈ ਰੋਟੀ ਦੇ ਉੱਤੇ ਘਿਓ ਜਾਂ ਗੁੜ ਕੁਝ ਵੀ ਰੱਖ ਕੇ ਗਾਂ ਨੂੰ ਖਵਾਉਂਦਾ ਹੈ ਕਿਹਾ ਜਾਂਦਾ ਹੈ ਐਵੇਂ ਕਰਨ ਨਾਲ ਜੋ ਵੀ ਹੈ ਆਪਾਂ ਇੱਕ ਜਣ ਆ ਭਾਵ ਵੀ ਖਵਾਉਂਦਾ ਤੇ ਉਹ ਪੀੜ੍ਹੀਆਂ ਤੱਕ ਉਹਦਾ ਜਿਹੜਾ ਪਣ ਉਹ ਪ੍ਰਾਪਤ ਹੁੰਦਾ ਰਹਿੰਦਾ ਹੈ ਦੁੱਖ ਦਰਦ ਤੋਂ ਬਚਦੇ ਨੇ ਕੋਸ਼ਿਸ਼ ਕਰਿਆ ਕਰੋ ਹਮੇਸ਼ਾ ਆਪਣੇ ਘਰ ਦੀ ਕਿਰਪਾ ਵਿੱਚ ਕੁੱਤਾ ਵੀ ਪਾਵੇਂ ਕਾਵੇ ਜਨ ਹੋਰ ਆਵੇ ਗਾਂਵੇ ਕੋਈ ਵੀ ਆਵੇ ਤਾਂ ਤੁਸੀਂ ਜਦੋਂ ਪ੍ਰਸ਼ਾਦਾ ਪਾਣੀ ਬਣਾਉਣਾ ਹੈ ਉਹਦੇ ਵਿੱਚ ਕੋਈ ਵੀ ਪ੍ਰਸ਼ਾਦਾ ਹੋ ਗਿਆ ਆਟਾ ਹੋ ਗਿਆ ਜੋ ਵੀ ਛੈ ਵੀ ਉਹ ਜ਼ਰੂਰ ਖਵਾਇਆ ਕਰੋ ਐਵੇਂ ਕਰਨ ਨਾਲ ਤੁਹਾਡੇ ਕੋਲ ਕੁਝ ਹਿੱਸਾ ਉਹਨਾਂ ਦੇ ਮੂੰਹ ਵਿੱਚ ਵੀ ਪੈਂਦਾ ਜਿਸ ਦੇ ਨਾਲ ਤੁਹਾਡੇ ਮੰਨ ਦੀ ਜੋ ਵੀ ਇੱਛਾ ਉਹ ਵਾਹਿਗੁਰੂ ਆਪੇ ਤੁਹਾਨੂੰ ਫਿਰ ਜੋ ਹੈ ਉਹ ਪੂਰੀ ਕਰਦੇ ਨੇ ਕਿਉਂਕਿ ਵਾਹਿਗੁਰੂ ਵੀ ਜਾਣਦੇ ਨੇ ਕਿ ਇਹਦੇ ਕਰਦਾ ਹਿੱਸਾ ਦੂਜਿਆਂ ਲਈ ਜਾਂਦਾ ਤੇ ਇਸ ਕਰ ਹਮੇਸ਼ਾ ਬਰਕਤ ਰੱਖੋ ਕਿਆ ਜਾਂਦਾ ਹੈ ਜਦੋਂ ਆਪਾਂ ਵੀ ਆਪਣੇ ਕੋਠੇ ਤੇ ਭਾਵੇਂ ਰੋਟੀ ਛੱਦਦੇ ਆ ਭਾਵੇਂ ਕਿਸੇ ਕਾਂ ਜਨੌਰ ਗਾਂ ਕੁੱਤੇ ਜਿੰਨوں ਵੀ ਪਾਨੇ ਆ ਤੇ ਕਿਆ ਜਾਂਦਾ ਹੈ ਐਵੇਂ ਕਰਨ ਨਾਲ ਤੁਹਾਡੇ ਜਿਹੜੇ ਜ਼ਰੂਰੀ ਕੰਮ ਨੇ ਜੋ ਮਨ ਦੇ ਵਿੱਚ ਤੁਹਾਡੇ ਬਲਬਲੇ ਨੇ ਉਹ ਦੂਰ ਹੋ ਕੇ ਤੇ ਤੁਹਾਨੂੰ ਰਸਤਾ ਸਾਫ਼ ਦਿਖਣ ਲੱਗ ਜਾਂਦਾ ਹੈ ਪਰ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖੋ ਵੀ ਕਦੀ ਕਈ ਵਾਰ ਐਵੇਂ ਹੁੰਦਾ ਵੀ ਘਰ ਸੁੱਕੀਆਂ ਰੋਟੀਆਂ ਪਈਆਂ ਹੁੰਦੀਆਂ ਨੇ ਜਾਂ ਬਈਆਂ ਰੋਟੀਆਂ ਪਈਆਂ ਹੁੰਦੀਆਂ ਨੇ ਆਪਾਂ ਵਿੱਚੋਂ ਜ਼ਿਆਦਾ ਐਵੇਂ ਕਰਦੇ ਨੇ ਚੱਲ ਆਪਾਂ ਐਵੇਂ ਖਵਾ ਦਿੰਨੇ ਆ ਤੇ ਇੱਕ ਗੱਲ ਸੋਚੋ ਆਪਣਾ ਮਨ ਕਰਦਾ ਐਵੇਂ ਬਹੀ ਰੋਟੀ ਖਾਣ ਤੇ ਨੇ ਦਿਨ ਦੀ ਜਾਂ ਫਿਰ ਸੁੱਕੀਆਂ ਜਾਂ ਜਾਂ ਫਿਰ ਕਹਿ ਲਓ ਵੀ ਆਕੜੀਆਂ ਰੋਟੀਆਂ ਖਾਣ ਦੀ ਨਹੀਂ ਨਾ ਤੇ ਉਹੀ ਸਮਝ ਕੇ ਅਗਲੇ ਨੂੰ ਧਿਆਨ ਕਰੋ ਵੀ ਜੋ ਚੀਜ਼ ਆਪਾਂ ਕਿਸੇ ਨੂੰ ਦੇ ਰਹੇ ਆ ਉਹ ਮੁੜ ਕੇ ਆਪਣੇ ਕੋਲ ਆਉਣੀ ਹੀ ਹੋਣੀ ਹੈ ਜੇ ਇਹ ਤਾਂ ਆਪਾਂ ਸਭ ਜਾਣਦੇ ਆਂ ਵੀ ਮੰਨ ਲਓ ਆਪਾਂ ਅਮਰੂਦ ਤੇ ਆ ਕੋਈ ਵੀ ਬੀ ਬੀਨੇ ਤਾਂ ਉਹ ਇੱਕ ਅਮਰੂਦ ਤਾਂ ਨਹੀਂ ਆਪਾਂ ਦੇਂਦਾ ਬਹੁਤ ਸਾਰੇ ਅਮਰੂਦ ਆਪਾਂ ਨੂੰ ਮਿਲਦੇ ਨੇ ਨਾ ਤੇ ਉਸੇ ਤਰ੍ਹਾਂ ਜੇਕਰ ਤੁਸੀਂ ਜੋ ਚੀਜ਼ ਵੀ ਦਾਨਪਨ ਕਰਦੇ ਪਿਓ ਉਹ ਤੁਹਾਡੇ ਕੋਲ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਕੋਲ ਆਉਣੀ ਆਉਣੀ ਹੈ ਜੇਕਰ ਤੁਸੀਂ ਕਿਸੇ ਦੀ ਮਦਦ ਵੀ ਕਰਦੇ ਪਿਓ ਨਾ ਤਾਂ ਚੱਲ ਫਿਰ ਕੇ ਤੁਰ ਕੇ ਕਿਸੇ ਨਾ ਕਿਸੇ ਦਿਨ ਉਹ ਮਦਦ ਤੇ ਰੂਪ ਵਿੱਚ ਤੁਹਾਡੇ ਕੋਲ ਆਉਣੀ ਹੀ ਆਉਣੀ ਹੈ ਹਮੇਸ਼ਾ ਸੋਚ ਸਮਝ ਕੇ ਕਾਰਿਆ ਕਰੋ ਵੀ ਅਸੀਂ ਜੇਕਰ ਕਿਸਦਾ ਚੰਗਾ ਕਰਨਾ ਹੈ ਤਾਂ ਚੰਗਾ ਹੀ ਕਰਨਾ ਹੈ ਉਹਦੇ ਵਿੱਚ ਕੋਈ ਦਿਖਾਵਾ ਕੋਈ ਕਿਸੇ ਤਰ੍ਹਾਂ ਦਾ ਛਾਲ ਕਪਟ ਨਹੀਂ ਹੋਣਾ ਚਾਹੀਦਾ ਇਸ ਲਈ ਹਮੇਸ਼ਾ ਆਪਣੇ ਹੱਥ ਸਿਰਫ ਸਿਰ ਮਦਦ ਲਈ ਅੱਗੇ ਕਰੋ